जी, कल जो परेड निकली है उसके बाद का क्या माहौल है यहाँ का? माहौल बहुत वधिया। मैं किसान संघर्ष कमेटी का आगू गुरबाज सिंह सिनवा, जिला तरन तारण तो हाँ। बहुत वधिया माहौल आ। मैं भरावों को यह बेनती करता वा, भराओ ये जिहड़ा साडा मसकत नहीं ही, जिहड़ा काम होया वा ये काम गलत होया वा। असीं हरियाणे वाले भरावों को बेनती करते हाँ कि भराओ ये लोगों ने आपां नूं दुलता पाउण वास्ते काम किया, सरकारी बंदे खरीदे हुए आ। मैं वादे नाल गल आना वा कि एक हथियार कोल होवे ते 500 बंदा असीं घर नहीं वड़ दिंदे, ते जिहड़े लाल किले दे विच जिहड़ी चिड़ी वी जिहड़ी आ पुछ के वड़दी आ कि मैं वड़ां कि ना वड़ां, ते जिहड़े बंदे जिहड़े सरकार दी शह दे नाले जिहड़ा काम होया वा, साडा ये अंदोलन खराब करन वास्ते सरकार ने काम किया वा, ये बंदे खरीदे हुए बंदे आ जिन्हां ने काम किया वा। ਇਹ ਕੰਮ ਬਹੁਤ ਜ਼ਿਆਦਾ ਮਾੜਾ ਕੀਤਾ। ਸਾਡਾ 2 ਮਹੀਨੇ ਦਾ ਅੰਦੋਲਨ, ਐਡਾ ਵਧੀਆ ਸਾਫ਼ ਸੁਥਰਾ ਅੰਦੋਲਨ ਚੱਲ ਰਿਹਾ ਸੀ, ਜਿਹੜਾ ਅੰਦੋਲਨ ਦੀ ਖਰਾਬੀ ਕਰਨ ਵਾਸਤੇ ਇਹ ਕੰਮ ਸਰਕਾਰ ਨੂੰ ਕੋਈ ਲਾਭਦਾ ਨਹੀਂ ਇਸ ਚੀਜ਼ ਦਾ ਵੀ ਇਹਨਾਂ ਦੇ ਕਿਹੜਾ ਇਲਜ਼ਾਮ ਲਾਈਏ। ਆਹ ਜਿਹੜਾ ਸਾਡੇ 'ਤੇ ਜਿਹੜਾ ਇਲਜ਼ਾਮ ਲੱਗਾ ਵਾ ਇਹ ਬਿਲਕੁਲ ਇਹ ਮੰਦਭਾਗੀ ਗੱਲ ਆ। ਇਹ ਕੰਮ ਨਹੀਂ ਹੋਣਾ ਚਾਹੀਦਾ ਜੋ ਹੋਇਆ ਵਾ। ਸਾਡਾ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਲੜਨ ਦਏ ਹਾਂ। ਸਾਡਾ ਕੋਈ ਝੰਡਾ ਚੜ੍ਹਾਉਣ ਦੇ ਨਾਲ ਅਸੀਂ ਬਹੁਤ ਜ਼ਿਆਦਾ ਕੱਟਰ ਜਥੇਦਾਰ ਆ, ਇਹਨੀ ਗੱਲ ਕੋਈ ਨਹੀਂ, ਪਰ ਸਾਡਾ ਜਿਹੜਾ ਝੰਡਾ ਚੜ੍ਹਾਉਣਾ ਇਹ ਬਣਦਾ ਨਹੀਂ, ਇਹ ਕੰਮ ਕਰਨਾ ਬਣਦਾ ਨਹੀਂ। ਅਸੀਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੁਰੇ ਹਾਂ। ਇਹ ਜਿਹੜਾ ਅੰਦੋਲਨ ਖਰਾਬ ਕਰਨ ਵਾਸਤੇ ਇਹ ਚੰਦ ਬੰਦਿਆਂ ਨੇ ਸਿਆਸਤ ਦੀ ਸ਼ਹਿ ਨਾਲ, ਸਰਕਾਰ ਦੀ ਸ਼ਹਿ ਨਾਲ ਜੋ ਕੁਛ ਹੋਇਆ ਵਾ ਇਹ ਸਰਕਾਰ ਦੀ ਸ਼ਹਿ ਨਾਲ ਹੋਇਆ ਵਾ ਜੀ। ਔਰ ਜੋ ਅਬ ਕੀ ਅਗਲੀ ਰਣਨੀਤੀਆਂ ਹੈ ਕਿਸਾਨੋਂ ਕੀ, ਉਹ ਕਿਆ ਰਹੇਗੀ? ਜੋ ਵੀ ਸਾਡੇ ਜਥੇਬੰਦੀ ਵੱਲੋਂ ਜਗਿੰਦਰ ਸਿੰਘ ਗਰਾਂ ਜੋ ਵੀ ਸਾਨੂੰ ਮੈਸੇਜ ਆਊਗਾ ਅਸੀਂ ਉਸ ਹਿਸਾਬ ਨਾਲ ਅਗਲੀ ਜਿਹੜੀ ਆ ਰਣਨੀਤੀ ਲੜਾਈ ਆ ਉਸ ਹਿਸਾਬ ਨਾਲ ਲੜਾਂਗੇ ਜੋ ਸਾਨੂੰ ਜਥੇਬੰਦੀ ਵੱਲੋਂ ਮੈਸੇਜ ਆਊਗਾ। ਕਿਸਾਨ ਜੋ ਆਏ ਥੇ ਉਨਮੇਂ ਸੇ ਕੋਈ ਘਰ ਵੀ ਗਿਆ ਹੈ? ਨਹੀਂ, ਘਰ ਤੋਂ ਉਹ ਗਿਆ ਹੈ ਕਿਸਾਨ ਜੋ ਸਾਡੀ 8-10 ਦਿਨ ਸੇ ਬਦਲੀ ਹੋ ਰਹੀ ਆ। ਕਿਸਾਨ ਕੀ 8-10 ਦਿਨ ਲਗਾ ਕੇ ਕਿਸਾਨ ਵਾਪਸ ਜਾਂਦਾ ਹੈ, ਉਹ 10 ਦਿਨ ਕਿਸਾਨ ਜਿਹੜਾ ਲਾ ਕੇ ਉਹ 26 ਜਨਵਰੀ ਦਾ ਕਰਕੇ ਖਲੋਤਾ ਸੀ ਵੀ 26 ਜਨਵਰੀ ਨੂੰ ਪਰੇਡ ਵੇਖ ਕੇ ਟਰੈਕਟਰਾਂ ਦੀ ਫਿਰ ਜਾਵਾਂਗੇ। ਉਹ ਸਾਡੇ ਕਿਸਾਨ ਗਏ, ਹੋਰ ਕਿਸਾਨ ਸਾਡਾ ਕੋਈ ਨਹੀਂ ਗਿਆ। ਉਤਰਾ ਹੀ ਜਿੰਨਾ ਕਿਸਾਨ ਹੈਗਾ ਵਾ ਸਗੋਂ ਸਾਡੀ ਗਿਣਤੀ ਵਧੀ ਆ, ਘਟੀ ਨਹੀਂ। ਉਤਰਾ ਹੀ ਸਾਡੇ ਕਿਸਾਨ ਜਿਹੜੇ ਬੈਠੇ ਆ, ਕਿਸਾਨ ਸਾਡਾ ਇਹ ਕੰਮ ਮਸਕਤ 'ਤੇ ਕੋਈ ਨਹੀਂ ਗਿਆ। ਉਹ ਚੰਦ ਬੰਦੇ ਜਿਹੜੇ ਕਈ ਪਰੇਡ ਕਰ ਲਈ ਕਰਕੇ ਹੀ ਆਏ ਸੀ ਕਿ ਅਸੀਂ 26 ਜਨਵਰੀ ਪਰੇਡ ਵੇਖਣ ਜਾਵਾਂਗੇ। ਬਾਕੀ ਜਿਹੜੇ ਅੰਦੋਲਨ ਦੇ ਵਿੱਚ ਆਏ ਉਤਰਾ ਦਾ ਉਤਰਾ ਹੀ ਅੰਦੋਲਨ ਸਾਡਾ ਚੱਲ ਰਿਹਾ ਵਾ। ਜੋ ਹਿੰਸਾ ਹੋਈ ਹੈ ਉਸਮੇ ਕਿਸਾਨ ਮੇਂ ਸੇ ਕੀ ਆਈਆਂ, ਇਸੇ ਕਿਸੇ ਕੋ ਚੋਟ ਗਿਆ ਹੈ ਕੋਈ? ਨਹੀਂ ਨਹੀਂ, ਕੋਈ ਚੋਟ ਨਹੀਂ ਆਈ। ਐਂ ਸ਼ਾਂਤਮਈ ਢੰਗ ਨਾਲ ਸਾਡੇ ਜਥੇਬੰਦੀ ਨੇ ਜੋ ਵੀ ਅੰਦੋਲਨ ਕੀਤਾ ਸ਼ਾਂਤਮਈ ਢੰਗ ਨਾਲ ਕੀਤਾ ਵਾ, ਸਾਡੇ ਕਿਸੇ ਬੰਦੇ ਦੇ ਚੋਟ ਨਹੀਂ ਆਈ। ਬਹੁਤ ਵਧੀਆ, ਜਿਸ ਤਰ੍ਹਾਂ ਗਏ ਹਾਂ ਉਤਰਾ ਅਸੀਂ ਘਰ ਆਪਦੇ ਪਹੁੰਚੇ ਹਾਂ। ਜੋ ਰੂਟ ਬਣਾਏ ਗਏ ਥੇ ਉਨੀ ਸੇ ਜਾ ਕੇ ਆਏ ਹੈ? ਔਰ ਉਹਨਾਂ ਉਸੇ ਜਾ ਗਿਆ, ਕੋਈ ਭੰਨਤੋੜ ਨਹੀਂ ਕੀਤੀ। ਜਿਹੜੇ ਰੂਟ ਬਣਾਇਆ ਉਸੇ ਰੂਟਾਂ 'ਤੇ ਗਏ ਹਾਂ, ਉੱਥੋਂ ਅਸੀਂ ਵਾਪਸ ਆ ਗਏ ਹਾਂ ਜੀ। ਜੋ ਹਿੰਸਾ ਆਪਕੋ ਕਿਆ ਲੱਗਤਾ ਹੈ ਕਿ ਜੋ ਦਿਖਾਏ ਗਏ ਹੈ ਉਹ ਬਾਹਰੀ ਹੈ ਜਾਂ ਅੰਦੋਲਨ ਸੇ, ਆਪ ਕਿਆ ਮੰਨਤੇ ਹੈ? ਕਿਤਰਾ ਜੀ ਜੋ वहाँ जो चढ़े हैं वो अंदोलन से ये मानते हैं या बाहरी तत्व मानते हैं? नहीं नहीं, बाहर के बंदे साढ़े अंदोलन के बंदे नहीं गए। वो बंदा बाहर का वा, साडा अंदोलन का बंदा नहीं। कोई साढ़े जथेबंदी के बंदे नहीं, वो आप हारे बंदे आए आ जी। तो सरकारी बंदे आए, साडा बंदा कोई नहीं गा ना, कोई साढ़े जथेबंदी की कोई यही गल आ। ਕੋਈ ਮਾਸਾ ਜਿੰਨਾ ਸਾਨੂੰ ਜਿੱਡਾ ਵਧੀਆ ਪ੍ਰੋਜੈਕਟ ਤੁਹਾਡਾ ਹੋਣਾ ਸੀ, ਪਰ ਇਹ ਗੱਲ ਸਾਡਾ ਪ੍ਰੋਜੈਕਟ ਤੁਹਾਡਾ ਵਧੀਆ ਹੋ ਜਾਏਗਾ। ਸਰਕਾਰ ਕੀ ਉਸੇ ਕੋਈ ਸੰਦੇ ਕੋਈ ਮੈਸੇਜ ਆਇਆ ਆਪਕੇ ਪਾਸ? ਨਹੀਂ, ਅਜੇ ਕੋਈ ਮੈਸੇਜ ਨਹੀਂ ਆਇਆ। ਅਜੇ ਉਹ ਜਥੇਬੰਦੀਆਂ ਦੀ ਅੱਜ ਮੀਟਿੰਗ ਸੀ, ਅੱਜ ਮੀਟਿੰਗ ਦੇ ਵਿੱਚ ਵੇਖੋ ਕੀ ਉਹ ਫਾਈਨਲ ਕਰਦੇ ਆ, ਅਤੇ ਅਜੇ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ। ਸ਼ਾਂਤਮਈ ਤਰੀਕੇ ਨਾਲ ਬਹਿਣ ਦਾ ਹੀ ਮੈਸੇਜ ਆਇਆ ਵੀ ਆਪੋ ਆਪਣੇ ਜਾ ਕੇ ਲੰਗਰਾਂ 'ਚ ਬਹੋ, ਆਪੋ ਆਪਣੇ ਸਾਡੇ ਜਿਸ ਤਰ੍ਹਾਂ ਘਰ ਅਸੀਂ ਬਣਾ ਕੇ ਬੈਠੇ ਹੁੰਦੇ, ਆਪੋ ਆਪਣੇ ਘਰਾਂ 'ਚ ਜਾ ਕੇ ਉੱਥੇ ਬਹਿ ਕੇ ਜੋ ਤੁਹਾਨੂੰ ਮੈਸੇਜ ਆਊਗਾ ਉਸ ਹਿਸਾਬ ਨਾਲ ਗਾਂਹ ਤੁਸੀਂ ਚੱਲਣਾ ਵਾ। ਜੋ ਸਾਨੂੰ ਜਥੇਬੰਦੀ ਦਾ ਮੈਸੇਜ ਆਊ ਉਸ ਜਥੇਬੰਦੀ ਦੇ ਮੈਸੇਜ 'ਚ ਅਸੀਂ ਜਗਿੰਦਰ ਸਿੰਘ ਗਰਾਂ ਜੋ ਮੈਸੇਜ ਦੇਣਗੇ ਉਹ ਮੈਸੇਜ ਚੇਂਜ ਕਰਾਂਗੇ ਜੀ। ਕਿਸਾਨ ਏਕਤਾ ਜਿੰਦਾਬਾਦ, 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 ਪੰਜਾਬ ਹਰਿਆਣਾ ਭਾਈਚਾਰਾ ਏਕਾ ਜਿੰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ, 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 ਮੋਦੀ ਸਰਕਾਰ।